ਤਾਂ ਹੈਲੋ ਹਾਂਜੀ ਦੋਸਤੋ, ਕੀ ਹਾਲ ਚਾਲ ਨੇ। ਸਵਾਗਤ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਪੰਜਾਬੀ ਸ਼ਖਸੀਅਤ ਦੇ ਬਾਰੇ ਜੋ ਕਿ ਆਪਣੀ ਪੱਗਾਂ ਦੇ ਨਾਲ ਮੈਚਿੰਗ ਕਰਕੇ ਕਰੋੜਾਂ ਦੀਆਂ ਗੱਡੀਆਂ ਰੱਖਣ ਦਾ ਸ਼ੌਂਕ ਰੱਖਦਾ ਹੈ। ਤਾਂ ਦੋਸਤੋ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਸ ਇਨਸਾਨ ਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਕਿ ਆਖਰ ਇਹ ਬੰਦਾ ਕੌਣ ਹੈ ਅਤੇ ਉਸਦੇ ਵੱਲੋਂ ਇਸ ਤਰ੍ਹਾਂ ਦਾ ਵੱਖਰਾ ਸ਼ੌਂਕ ਪਾਲਣ ਦੇ ਪਿੱਛੇ ਦਾ ਕਾਰਨ ਕੀ ਹੈ। ਸਾਰੀਆਂ ਗੱਲਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ। ਤਾਂ ਦੋਸਤੋ, ਇਸ ਕਰਕੇ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਜੇਕਰ ਕੋਈ ਵੀਰ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਬੈੱਲ ਵਾਲੀ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਚੈਨਲ ਉੱਤੇ ਆਉਣ ਵਾਲੀ ਕਿਸੇ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ। ਅਤੇ ਦੋਸਤੋ, ਆਓ ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਟਾਰਟ ਕਰਦੇ ਹਾਂ ਇਸ ਵੀਡੀਓ ਨੂੰ। ਤਾਂ ਦੋਸਤੋ, ਜਿਵੇਂ ਕਿ ਤੁਸੀਂ ਸਾਰੇ ਜਣੇ ਜਾਣਦੇ ਹੋਵੋਗੇ ਕਿ ਪੰਜਾਬੀ ਆਪਣੇ ਵੱਖਰੇ ਅੰਦਾਜ਼ ਅਤੇ ਵੱਖਰੀ ਪਰਸਨੈਲਿਟੀ ਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਪੰਜਾਬੀਆਂ ਦੇ ਸ਼ੌਂਕ ਵੀ ਦੁਨੀਆ ਤੋਂ ਵੱਖਰੇ ਹੀ ਹਨ। ਅਤੇ ਦੋਸਤੋ, ਅੱਜ ਜਿਹੜੇ ਇਨਸਾਨ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦਾ ਨਾਮ ਰਿਊਬਨ ਸਿੰਘ ਹੈ ਜੋ ਕਿ ਇੱਕ ਪੰਜਾਬੀ ਹਨ। ਅਤੇ ਦੋਸਤੋ, ਦੱਸ ਦਈਏ ਕਿ ਰਿਊਬਨ ਸਿੰਘ ਆਪਣੀ ਪੱਗਾਂ ਨਾਲ ਮੈਚ ਕਰਕੇ ਗੱਡੀਆਂ ਰੱਖਣ ਦੇ ਕਾਰਨ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਹਨ। ਅਤੇ ਦੋਸਤੋ, ਦੱਸ ਦਈਏ ਕਿ ਜਿਹੜੀਆਂ ਗੱਡੀਆਂ ਰਿਊਬਨ ਸਿੰਘ ਦੇ ਵੱਲੋਂ ਆਪਣੀਆਂ ਪੱਗਾਂ ਦੇ ਨਾਲ ਮੈਚ ਕੀਤੀਆਂ ਜਾਂਦੀਆਂ ਹਨ ਉਹ ਕੋਈ ਐਸੀਆਂ ਵੈਸੀਆਂ ਗੱਡੀਆਂ ਨਹੀਂ ਹਨ, ਸਗੋਂ ਦੁਨੀਆ ਦੀਆਂ ਸਭ ਤੋਂ ਲਗਜ਼ਰੀ ਕਹੀਆਂ ਜਾਣ ਵਾਲੀਆਂ ਰੋਲਸ ਰੋਇਸ ਕੰਪਨੀ ਦੀਆਂ ਗੱਡੀਆਂ ਹਨ ਜਿਨ੍ਹਾਂ ਦੀ ਕੀਮਤ ਕਰੋੜਾਂ ਦੇ ਵਿੱਚ ਹੈ। ਅਤੇ ਦੋਸਤੋ, ਦੱਸ ਦਈਏ ਕਿ ਰਿਊਬਨ ਸਿੰਘ UK ਦੇ ਰਹਿਣ ਵਾਲੇ ਇੱਕ ਮਸ਼ਹੂਰ ਅਰਬਪਤੀ ਬਿਜ਼ਨਸਮੈਨ ਹਨ। ਅਤੇ ਦੋਸਤੋ, ਦੱਸ ਦਈਏ ਕਿ ਉਹਨਾਂ ਕੋਲ 18 ਤੋਂ ਵੀ ਵੱਧ ਰੋਇਲਸ ਰੋਇਸ ਗੱਡੀਆਂ ਹਨ ਅਤੇ ਪਿਛਲੇ ਸਾਲ ਹੀ ਦੀਵਾਲੀ ਦੇ ਉੱਪਰ ਰਿਊਬਨ ਸਿੰਘ ਨੇ ਆਪਣੇ ਆਪ ਨੂੰ 5 ਨਵੀਆਂ ਰੋਇਲਸ ਰੋਇਸ ਗੱਡੀਆਂ ਗਿਫਟ ਕੀਤੀਆਂ ਸਨ ਜਿਨ੍ਹਾਂ ਦੀ ਕੀਮਤ ਲਗਭਗ 35 ਕਰੋੜ ਦੇ ਕਰੀਬ ਹੈ। ਅਤੇ ਦੋਸਤੋ, ਦੱਸ ਦਈਏ ਕਿ ਇਸ ਤੋਂ ਇਲਾਵਾ ਰਿਊਬਨ ਸਿੰਘ ਦੀ ਕਲੈਕਸ਼ਨ ਦੇ ਵਿੱਚ ਬੁਗਾਟੀ ਸ਼ਿਰੋਨ, ਫਰਾਰੀ ਅਤੇ ਹੋਰ ਵੀ ਕਈ ਮਹਿੰਗੀਆਂ ਲਗਜ਼ਰੀ ਗੱਡੀਆਂ ਸ਼ਾਮਲ ਹਨ ਅਤੇ ਜਿਨ੍ਹਾਂ ਦੀ ਕੁੱਲ ਕੀਮਤ 200 ਤੋਂ 250 ਕਰੋੜ ਰੁਪਏ ਦੀ ਹੈ। ਅਤੇ ਦੋਸਤੋ, ਦੱਸ ਦਈਏ ਕਿ ਰਿਊਬਨ ਸਿੰਘ ਨੇ ਸ਼ੌਂਕ ਆਪਣੇ ਆਪ ਨੂੰ ਵੱਖਰਾ ਦਿਖਾਉਣ ਜਾਂ ਫਿਰ ਫੇਮ ਖੱਟਣ ਦੇ ਲਈ ਨਹੀਂ ਪਾਲਿਆ, ਸਗੋਂ ਇਸ ਦੇ ਪਿੱਛੇ ਵੀ ਇੱਕ ਘਟਨਾ ਹੈ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਰਿਊਬਨ ਸਿੰਘ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ 2017 ਦੇ ਵਿੱਚ ਇੱਕ ਅੰਗਰੇਜ਼ ਦੇ ਵੱਲੋਂ ਉਹਨਾਂ ਦੀ ਪੱਗ ਦਾ ਮਜ਼ਾਕ ਉਡਾਉਂਦੇ ਹੋਏ ਇਹ ਕਿਹਾ ਗਿਆ ਸੀ ਕਿ ਉਹ ਇੱਕ ਬੈਂਡੇਜ ਦੀ ਤਰ੍ਹਾਂ ਲੱਗਦੀ ਹੈ। ਅਤੇ ਦੋਸਤੋ, ਉਸ ਗੋਰੇ ਇਨਸਾਨ ਦੀ ਇਸ ਗੱਲ ਦੀ ਰਿਊਬਨ ਸਿੰਘ ਦੇ ਦਿਲ ਉੱਤੇ ਇੰਨੀ ਡੂੰਘੀ ਸੱਟ ਲੱਗੀ ਕਿ ਰਿਊਬਨ ਸਿੰਘ ਦੇ ਵੱਲੋਂ ਉਸ ਬੇਇੱਜ਼ਤੀ ਦਾ ਬਦਲਾ ਲੈਣ ਦੇ ਲਈ ਇੱਕ ਚੈਲੰਜ ਰੱਖਿਆ ਗਿਆ ਜਿਸਦੇ ਵਿੱਚ ਰਿਊਬਨ ਸਿੰਘ ਨੇ ਪੂਰੇ 1 ਹਫ਼ਤੇ ਤੱਕ ਆਪਣੀ ਪੱਗ ਨਾਲ ਮੈਚ ਕਰਕੇ ਰੋਲਸ ਰੋਇਸ ਗੱਡੀਆਂ ਖਰੀਦੀਆਂ ਅਤੇ ਬਾਅਦ ਵਿੱਚ ਸਾਰੀਆਂ ਗੱਡੀਆਂ ਨਾਲ ਆਪਣੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ। ਅਤੇ ਦੋਸਤੋ, ਜਦੋਂ ਵੀ ਰਿਊਬਨ ਸਿੰਘ ਕਿਤੇ ਵੀ ਜਾਂਦੇ ਹਨ ਉਹ ਆਪਣੀ ਪੱਗ ਨਾਲ ਦੀ ਮੈਚ ਰੋਲਸ ਰੋਇਸ ਗੱਡੀ ਹੀ ਲੈ ਕੇ ਜਾਂਦੇ ਹਨ। ਦੋਸਤੋ, ਇਹ ਸੀ ਰਿਊਬਨ ਸਿੰਘ ਦੇ ਇਸ ਮਹਿੰਗੇ ਸ਼ੌਂਕ ਦੇ ਪਿੱਛੇ ਦੀ ਸਾਰੀ ਕਹਾਣੀ ਜਿਸਨੇ ਕਿ ਉਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕਰ ਦਿੱਤਾ ਅਤੇ ਅੱਜ ਰਿਊਬਨ ਸਿੰਘ ਦੀ ਗਿਣਤੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚ ਆਉਂਦੀ ਹੈ। ਦੋਸਤੋ, ਤੁਸੀਂ ਇਸ ਪੰਜਾਬੀ ਇਨਸਾਨ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਅਤੇ ਜਿਉਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਬਸਕ੍ਰਾਈਬ ਕਰ ਲਓ ਪਾਪੀ ਦੁਨੀਆ ਚੈਨਲ ਨੂੰ ਅਤੇ ਨਾਲ ਦੀ ਬੈੱਲ ਵਾਲੀ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਚੈਨਲ ਉੱਤੇ ਆਉਣ ਵਾਲੀ ਕਿਸੇ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ। ਅਤੇ ਦੋਸਤੋ, ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅਤੇ ਜਿਉਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਜੁੜੇ ਰਹੋ ਪਾਪੀ ਦੁਨੀਆ ਚੈਨਲ ਦੇ ਨਾਲ।